अगर आपने हमारे चैनल को सब्सक्राइब नहीं किया है तो इसे सब्सक्राइब कर लें। जिला श्री मुक्तसर साहिब के हरका लंबी के गांव वनवाला में करीब 15 से 20 मिनट पड़ी बरसात के साथ हुई भारी ओलावृष्टि से गेहूं की फसल बिल्कुल बर्बाद हो गई, जिसके बारे में किसान अपनी फसल की तबाही को दर्शाते हुए नजर आ रहे हैं। एक तो पूरे संसार में कोरोना महामारी का कहर चल रहा है, किसान तो पहले ही कर्ज के नीचे दबे हुए हैं, लेकिन कल देर शाम 5 बजे हुई बरसात के साथ भारी ओलावृष्टि ने किसानों की गाँव वनवाला में पुत्रों की तरह पाली हुई काटने योग्य असर को पूरी तरह तबाह कर दिया। अब किसानों के अरमानों पर पानी फिर गया। करीब हल्के में 2000 एकड़ गेहूं की फसल बर्बाद हो गई है। सर नुकसान बहुत बड़ा हो गया लंबी देर तो जड़ा गड़ेबारी कारण है, की करना चाहोगे, की कर रहे हो? ਇਹ ਕੱਲ੍ਹ ਕੁਦਰਤੀ ਕਰੋਪੀ ਇੱਕ ਹੋਰ ਹੈ ਜਿਹੜੀ ਉਹ ਕੱਲ੍ਹ ਸ਼ਾਮ ਨੂੰ ਆਈ ਹੈ, ਉਹਦੇ ਹਨੇਰੀ ਦੇ ਨਾਲ ਕੁਛ ਗੜੇ ਸੀਗੇ ਜਿਹੜੇ ਉਹ ਕਾਫੀ ਜਿਹੜੇ ਸੀਗੇ ਇੱਧਰ ਸਾਡੇ 4-5 ਪਿੰਡ ਜਿਹੜੇ ਆਏ ਨੇਗੇ, ਜਿਹਦੇ ਵਿੱਚ ਖਾਸ ਕਰਕੇ ਮਹਿਣਾ ਬਣਵਾਲਾ ਕੱਖਾਂ ਵਾਲੀ ਚੱਕ ਮਿੱਡੂ ਅਤੇ ਨਾਲ ਲੱਗਦੇ ਕੁਛ ਭਾਗੂ ਪਿੰਡ ਦੇ ਜਿਹੜੇ ਸੀਗੇ ਖੇਤ ਉਹ ਇਹ ਗੜਿਆਂ ਦੀ ਮਾਰ ਥੱਲੇ ਆਏ ਨੇ। ਅੱਜ ਅਸੀਂ ਸਾਰੇ ਇਹਨਾਂ ਪਿੰਡਾਂ ਦੇ ਜਿਹੜੇ ਨੁਕਸਾਨੇ ਗਏ ਖੇਤ ਨੇ ਕਣਕ ਹੈ ਉਹਨਾਂ ਦਾ ਦੌਰਾ ਕਰ ਰਹੇ ਹਾਂ। ਨਾਇਬ ਤਹਿਸੀਲਦਾਰ ਪਟਵਾਰੀ ਸਾਹਿਬਾਨ ਮਾਨਯੋਗ DC ਸਾਹਿਬ ਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਹਨਾਂ ਨੂੰ ਅਸੀਂ ਆਦੇਸ਼ ਦਿੱਤੇ ਨੇ ਵੀ ਉਹਨਾਂ ਪਿੰਡਾਂ ਦਾ ਸਰਵੇ ਕਰਨਗੇ, ਜਿੱਥੇ ਜਿੱਥੇ ਨੁਕਸਾਨ ਹੋਇਆ ਗਾ ਉਹਦੀ ਇੱਕ ਛਾਂਟ ਬਣਾਉਣਗੇ, ਜੋ ਵੀ ਰਿਪੋਰਟ ਹੋਊਗੀ ਉਹ ਮਾਨਯੋਗ DC ਸਾਹਿਬ ਦੇ ਰਾਹੀਂ ਸਰਕਾਰ ਨੂੰ ਭੇਜ ਦਿੱਤੀ ਜਾਊਗੀ। ਅਤੇ ਅਸੀਂ ਇਹ ਵੀ ਬੇਨਤੀ ਕਰਦੇ ਹਾਂਗੇ ਕਿਸਾਨਾਂ ਨੂੰ ਵੀ ਜੋ ਵੀ ਨਿਯਮਾਂ ਮੁਤਾਬਕ ਬਣਦਾ ਪੂਰੀ ਕਾਰਵਾਈ ਕੀਤੀ ਜਾਊ, ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ। ਲੇਕਿਨ ਸਰ ਕਿਸਾਨਾਂ ਦਾ ਵੀ ਇਹ ਕਹਿਣਾ ਹੈ ਕਿ ਮੁਆਵਜ਼ਾ ਸਰਕਾਰ 8000 ਦਿੰਦੀ ਹੈ, ਉਹਨਾਂ ਦਾ ਪੂਰਾ ਨਹੀਂ ਹੁੰਦਾ, ਵੱਧ ਤੋਂ ਵੱਧ ਮੁਆਵਜ਼ਾ ਮੰਗ ਕਰ ਰਹੇ ਨੇ ਉਹ। ਹਾਂ ਉਹ ਤਾਂ ਜੋ ਸਰਕਾਰ ਦਾ ਨਿਯਮ ਹੈ ਹਜੇ ਤਾਂ ਉਹਦੇ ਮੁਤਾਬਕ ਹੋਊਗਾ, ਬਾਕੀ ਸਰਕਾਰ ਨੂੰ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾ ਕੇ ਰਿਕਮੈਂਡੇਸ਼ਨ ਜਾਊਗੀ ਸਰਕਾਰ ਪੱਧਰ 'ਤੇ ਵਿਚਾਰਿਆ ਜਾਊਗਾ, ਹਦਾਇਤਾਂ ਦੇ ਮੁਤਾਬਕ ਹੀ ਉਹ ਦਿੱਤਾ ਜਾਊਗਾ। ਕੀ ਨਾਮ ਹੈ ਜੀ? ਨਿਰਮਲ ਸਿੰਘ ਵਾਨਾਲਾ ਜੀ। ਵਾਨਾਲੇ 'ਚ ਕੱਲ੍ਹ ਬੇਮੌਸਮੀ ਬਰਸਾਤ ਨੇ ਅਤੇ ਗੜੇਮਾਰੀ ਨੇ ਜਿਹੜਾ ਨੁਕਸਾਨ ਕੀਤਾ, ਕਿੰਨਾ ਕੁ ਨੁਕਸਾਨ ਹੈ? ਨੁਕਸਾਨ ਜੀ 100% ਦਾ, 100% ਹੀ ਹੈ ਜੀ ਸਾਡੇ ਇੱਥੇ ਜਿਹੜਾ ਨੁਕਸਾਨ ਹੋਇਆ ਜੀ ਗੜੇਮਾਰੀ। ਕੀ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਿਹੜਾ ਸਾਡਾ ਨੁਕਸਾਨ ਹੋਇਆ 50,000 ਰੁਪਏ ਕਿੱਲੇ ਦੀ ਕਣਕ ਦਾ ਨੁਕਸਾਨ ਹੋਇਆ, ਸਾਨੂੰ 50 ਦਾ 50 ਹੀ ਦਿੱਤਾ ਜਾਵੇ, ਸਾਡੇ ਤਾਂ ਪਹਿਲਾਂ ਹੀ ਬਹੁਤ ਮੰਦਾ ਚੱਲ ਰਿਹਾ ਸੀ। ਤੁਹਾਡੀ ਕਿੰਨੀ ਫਸਲ ਸੀ ਜਿਹੜੀ? ਮੇਰੀ 23 ਏਕੜ ਜ਼ਮੀਨ ਸੀਗੀ, 23 ਦੀ 23 ਖਤਮ ਹੈ, ਅਤੇ ਕਣਕ ਜਿਹੜੀ ਉਹ ਮੁੱਲ ਲੈਣੀ ਪਊਗੀ ਸਾਨੂੰ ਆਪ ਖੁਦ। ਤੁਹਾਡੇ 'ਤੇ ਕੋਈ ਕਰਜ਼ਾ ਜਿਹਾ ਹੈ ਕਿਸੇ ਤਰ੍ਹਾਂ? ਕਰਜ਼ਾ ਵੀ ਹੈ ਜੀ, ਕਰਜ਼ਾ ਜੋ ਆਪਾਂ ਫਸਲ 'ਤੇ ਖਰਚਾ ਕਰਦੇ ਹਾਂ ਉਹ ਆਪਣਾ ਹੈਗਾ ਜੀ। ਕਿੰਨਾ ਰਕਬਾ ਪਿੰਡ ਦਾ ਟੋਟਲ? 2000 ਏਕੜ ਹੈ ਜੀ ਸਾਡੇ ਪਿੰਡ ਦਾ ਰਕਬਾ, 2000 ਏਕੜ ਜਿਹੜਾ ਉਹਦਾ ਨੁਕਸਾਨ ਹੋਇਆ ਜੀ। ਕੋਈ ਅਧਿਕਾਰੀ ਤੁਹਾਡੇ ਕੋਲ ਪਹੁੰਚ ਹੋਇਆ ਇੱਥੇ ਕਨਗੋ ਤਹਿਸੀਲਦਾਰ ਜਾਂ ਕੋਈ ਵੇਖਣ ਆਇਆ ਨੁਕਸਾਨ ਦਾ? ਹਾਂਜੀ ਹਾਂਜੀ, ਅੱਜ ਸੁਬਾ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਜੀ, ਪਟਵਾਰੀ ਸਾਹਿਬ ਆਏ ਸੀ, ਕਨਗੋ ਸਾਹਿਬ ਤਹਿਸੀਲ ਸਾਹਿਬ ਆਪਾਂ ਉਹਨਾਂ ਨੇ ਭੇਜਿਆ ਸੀ, ਆਪਾਂ ਨਾਲ ਹੋਰ ਮਹਿਕਮੇ ਦੇ ਬੰਦੇ ਆਏ ਸੀਗੇ, ਉਹ ਆ ਕੇ ਸਾਡਾ ਇੱਥੇ ਪੂਰਾ ਦੇਖ ਕੇ ਗਏ, ਉਹ ਵੀ ਕਹਿ ਰਹੇ ਸੀਗੇ ਵੀ 100 ਦਾ 100% ਨੁਕਸਾਨ ਆ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਚਰਨਜੀਤ ਸਿੰਘ ਹੈ ਜੀ। ਸਰ ਜੋ ਕੱਲ੍ਹ ਬਰਸਾਤ ਹੋਈ ਹੈ ਤੁਹਾਡੀ ਕਿੰਨਾ ਫਸਲ ਦਾ ਨੁਕਸਾਨ ਹੈ? ਸਾਡੀ ਜਿਹੜੀ ਕੱਲ੍ਹ ਬਰਸਾਤ ਹੋਈ ਹੈ 20-22 ਮਿੰਟ ਜਿਹੜੇ ਗੜਿਆਂ ਦੀ ਬਾਰਿਸ਼ ਹੋਈ ਹੈ ਉਹਦੇ ਨਾਲ 2000 ਏਕੜ ਦਾ ਪਿੰਡ ਦਾ ਜਿਹੜਾ ਨੁਕਸਾਨ, ਸਾਡੀ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਜਮਾਂ, ਤਾਂ ਉਹਦੇ ਨਾਲ ਇਕੱਲੀ ਫਸਲ ਕਣਕ ਦੀ ਨਹੀਂ, ਨਾਲ ਪੱਠੇ ਪਸ਼ੂ ਡੰਗਰ ਲਈ ਸਬਜ਼ੀ ਹਰ ਚੀਜ਼ ਤਬਾਹ ਹੋਈ ਹੈ ਸਾਡੇ ਜੀ। ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਸਾਨੂੰ ਲੌਂਸ ਪਹਿਲਾਂ ਹੀ ਬਹੁਤ ਝੋਨੇ ਦਾ ਲੱਗਿਆ ਹੋਇਆ ਸੀ, ਜਿਹੜਾ ਝੋਨੇ ਦੇ ਨਾਲ ਲੌਂਸ ਨਾਲ ਅਸੀਂ ਬਹੁਤ ਕਰਜ਼ਾਊ ਸੀ, ਜਿਵੇਂ ਸਾਡੇ 65,000-70,000 ਨੂੰ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਸਾਰੇ ਕਿਸਾਨ ਕਰਦੇ ਸੀਗੇ, ਉਹ ਕਿਸਾਨੀ ਪਹਿਲਾਂ ਹੀ ਤਬਾਹੀ ਦੇ ਕੰਢੇ ਉੱਤੇ ਖੜ੍ਹੀ ਸੀ, ਜਿਹੜਾ ਅੱਜ ਕੁਦਰਤੀ ਦੀ ਕਰੋਪੀ ਨੇ ਸਾਨੂੰ ਜਮ੍ਹਾਂ ਹੀ ਬਰਬਾਦ ਕਰ ਦਿੱਤਾ, ਸਾਡੇ ਪੱਲੇ ਹੀ ਕੱਖ ਨਹੀਂ ਰਿਹਾ ਕਿਸਾਨਾਂ ਦੀ। ਅਸੀਂ ਬਹੁਤ ਵੱਡੇ ਕਰਜ਼ਾਊ ਪਹਿਲਾਂ ਹੀ ਹੈ ਅਤੇ ਸਾਡੇ ਤੋਂ ਕਰਜ਼ਾ ਵੀ ਨਹੀਂ ਮੁੜਨਾ, ਅਗਲੀ ਖੇਤੀ ਵੀ ਨਹੀਂ ਸਾਡੇ ਤੋਂ ਹੋਣੀ। ਤੁਹਾਡੀ ਕਿੰਨੀ ਫਸਲ ਸੀ ਜੀ? ਮੇਰੀ 3 ਕਿੱਲੇ ਆਪਦੀ ਸੀਗੀ, 4 ਕਿੱਲੇ ਮੇਰੇ ਕੋਲ ਠੇਕੇ 'ਤੇ ਸੀ, ਜਿਹੜਾ ਮੇਰੇ ਸਿਰ ਅੱਜ ਕਰਜ਼ਾ 7 ਲੱਖ ਤੋਂ ਲੈ ਕੇ 8 ਲੱਖ ਦੇ ਏੜ ਕਰੀਬ ਮੇਰੇ ਸਿਰ ਕਰਜ਼ਾ ਹੈਗਾ, ਸਾਨੂੰ ਕੋਈ ਉਮੀਦਾਂ ਹੀ ਨਹੀਂ ਬਚੀਆਂ ਅਸੀਂ ਕਰਜ਼ਾ ਕਿਵੇਂ ਲਾਵਾਂਗੇ। ਜਿਹੜਾ ਇਕੱਲਾ ਸਾਡਾ ਵੀ ਨਹੀਂ ਨੁਕਸਾਨ, ਨਾਲ ਖੇਤ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ, ਜਿਨ੍ਹਾਂ ਨੂੰ ਉਮੀਦਾਂ ਸੀ ਕੋਈ ਵੱਲੀਆਂ ਜਾਂ ਪੱਠਾ ਨੀਰਾ ਆਪਦਾ ਤੂੜੀ ਤੰਦਰ ਬਣਾ ਕੇ ਰੱਖ ਲੈਂਦੇ ਸੀ, ਸਾਰੇ ਦੇ ਸਾਰਾ ਬਰਬਾਦ ਹੋਇਆ ਜੀ। ਹੁਣ ਪ੍ਰਸ਼ਾਸਨ ਤੋਂ ਕੀ ਚਾਹੁੰਦੇ? ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਤੁਰੰਤ ਸਾਨੂੰ ਮੁਆਵਜ਼ਾ ਜਿਹੜਾ 40,000-45,000 ਰੁਪਇਆ ਏਕੜ ਦਾ ਦੇ ਕੇ ਜਿਹੜੀ ਕਿਸਾਨੀ ਬਚਾਈ ਜਾ ਸਕਦੀ ਹੈ, ਕਿ ਨਹੀਂ ਅਸੀਂ ਬਚਦੇ ਨਹੀਂ ਹੈ ਜੀ, ਸਾਡਾ ਬਹੁਤ ਹੀ ਬੁਰਾ ਹਾਲ ਹੈ ਜੀ। ਸਰ ਕੀ ਨਾਮ ਹੈ ਜੀ? ਮੇਰਾ ਨਾਮ ਰਣਜੋਤ ਸਿੰਘ ਹੈ ਜੀ।
कल जी बेमौसमी बरसात के नाल गड़ेमारी हुई है तो पिंड वणवाले च जिहड़ा कि गड़िया ने कारी नुकसान कर दिता है वो बारे थोड़ा की कहना है तो कि रकबा है जिहड़ा वो गड़ेमारी नाल खराब होया। देखो जी कल जिहड़ा वणवाले पिंड दे विच गड़ेमारी हुई है ये वणवाला पिंड वालिआं ने दस्सिआ भी 2000 एकड़ के लगभग जिहड़ा इन्हां दा नुकसान है वो 100% ही हो चुका है तो एक इन्होंने दस्सिआ भी जिहड़ीआं हैगीआं कणक दे विच बल्लीआं है इन दे विच हुण जिहड़ी कोई बल्ली माड़ी मोटी रह गई उहदे भी दाणा है जिहड़ा वो है नहीं गा तो ईवन कि इहदे नाल तूड़ी भी नहीं बननी क्योंकि नाड़ है जिहड़ा इन्ना ज़्यादा खराब हो गया तो बहुत नुकसान है जिहड़ा किसान का होया क्योंकि पहलां झोने का नुकसान बहुत होया सी उदों झाड़ है जिहड़ा घट्टो घट भी 50% घट गया सी कईआं दे 60% तो कईआं दे तां होया ही 10-10 मण सी तो उदों उहदे च मार झोने च मार पै गई तो हुण कणक दे वेले जिहड़ी मार पै गई है तां साडी सरकार तों मंग है भी घट्टो घट जिहड़ा सरकार 100% मुआवजा दिंदी है 100% सरकार 8000 नूं 100% मंनदी है तो साडी मंग है भी 100% मंग है जिहड़ा उह जिहड़ा कणक दी जिहड़ी लागत आई है सारी वो लागत दे अनुसार ला के जिहड़ा हैगा खर्चा सारा तो जिन्हां ने ठेके का खर्चा ला के सारी जमीन का 40-45 हज़ार रुपया जिहड़ा बनता है जे इन्ना खर्चा सरकार देगी फिर ही किसान जिहड़ा वो बच सकता है। सर टोटल कितनी फसल खराब हुई है जी? टोटल जिवें पहलां भी दस्या सी 2000 एकड़ के लगभग वणवाला पिंड की है तो कुछ 3-4 पिंडां दा होर भी नाल नुकसान होया पिछे कखां वाली पिंड का भी नुकसान होया तो अगे जाके मैणा पिंड आउंदा है तो लगभग अद्धी दर्जन के लगभग पिंड है जिथे गड़ा ने जिहड़ी तबाही मचाई है। करोना वायरस के चलते ही जिहड़ा जिमीदारां नूं आख्या गया सी भी तुसीं 15 तरीक तो या 17 तरीक तो बाद कमैना चलाउणियां अगर जे ये करोना वायरस के चलते जिहड़े अधिकारी आ उन्होंने पहला इजाजत दे दित्ती उन्हें कि एरिया जिहड़ा सारा सेम दे विच है तो जे पहला मशीनां चल जांदियां तां अज जिमीदार का नुकसान जिहड़ा वो नहीं हुंदा उहदे बारे की कहना है? बिल्कुल जी बिल्कुल बिल्कुल ये तुहाडी गल बिल्कुल वाजिब है क्योंकि जिहड़े सरकार ने पिंडां दे विच GOG वालीआं टीमां छड्डियां सीगियां वो एक सूइया के तौर पर सरकार के काम करते ते ओ जो कोई किसान भीर कोई मशीन लाउंदा तो वो जेडे फोन कर देंदे सीगे ते उन्हां दा फोन करन करके ते ओ उदों ही पुलिस पहुँच जाती सी ते जे 2 दिन पहला मशीनां लग जांदियां तां अज तक घट्टो घट 70% रकबा जिहड़ा वो वढ़िया जाणा सीगा ते किसान कणक जिहड़ी अपनी वो सरकार ने जिवें रोक लाई सी रोक नहीं लाउणी चाहीदी सी ते किसान जिहड़ी फसल सी अपनी घरे सट लैंदा ते घरे सटण नाल वध तों वध गिल्ली हो जांदी ते जे उदों बाद धुप्प पैंदी ते धुप्प पैण तों बाद जिहड़ी उह सुक के दुबारे फिर वेचण योग हो जांदी। हुण मेरे कोल भी कल मैं वढ रिहा सीगा कणक लंबी पिंड दे विच ते उत्थे मेरे कोल 8 किले कणक जिहड़ी वढण वाली रहि गई ते जिहड़ी रहि गई वो साढ़े भी उत्थे मीह पै गया ते मीह पैण दी वजह करके जिहड़ा हैगा वह कणक डिग पी तो डिगण करके तो वह थले पानी खड़ गया तो पानी खड़न करके हुण अज तां वढ़ी नहीं जाणी क्योंकि कल मीह पिया शाम नूं 4-5 बजे तो ये कल तक थोड़ा जिहा सुकूगी तो कल नूं जदों इहनूं वढांगे तां उदों इहदा दाणा जिहड़ा हैगा वह काला हो जाणा है तो दाणा काला होण तों बाद फिर तुहानूं पता ही है फिर सरकार खरीदण दे विच सानूं वेचण दे विच प्रॉब्लम आऊगी सरकार ने वख-वख शर्तां ला दिंदी है इहदा दाणा काला हो गया नवीं वध गई आह हो गया वह हो गया किसान तां पहलां ही मंदी दी मार हेठ है तो किसान है जिहड़ा हुण आउण वाले समें च मैनूं लगदा वी बहुत औखा हो जाऊगा। प्रशासन गिद्दड़ बाहा से शक्ति जिंदल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।